Gettonia di mane, tania di attate, che se ordena di mendillanti giurettiti, te meo di nesan mukademo! Ruk ja lala. Assalamu alaikum. मैं तारक सानी तुसी वेख रहे हो मेरा यूट्यूब चैनल रैबर एंटरटेनमेंट प्लस और आज खूनी छोले फिल्म लैके तुहाडी खिदमत विच हाजिर हो रहे हैं और तुहानू दसदा जावां कि यह फिल्म जिहड़ी है यूट्यूब ते मौजूद नहीं है और उन्हां लोकां वास्ते बड़ा ही जबरदस्त तोहफा है जिहड़ा कि लड़ाई मार कुटाई और एक्शन फिल्म देखना चाहते हैं और सिर्फ सुल्तान राई नूं देखना चाहते हैं। उन्हां नूं किसे चीज़ दे नाल गर्ज नहीं होंदी, कहानी दे नाल गर्ज नहीं होंदी, वो सिर्फ सुल्तान राई नूं वेखना चाहते हैं। ਇਹਨਾਂ ਲੋਕਾਂ ਵਾਸਤੇ ਬੜੀ ਹੀ ਜ਼ਬਰਦਸਤ ਫਿਲਮ। 3 ਜਨਵਰੀ 1992 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਖੂਨੀ ਛੋਲੇ। ਇਸ ਫਿਲਮ ਦੇ ਅੰਦਰ ਸੁਲਤਾਨ ਰਾਈ ਨੇ ਬਖਸ਼ੂ ਦਾ ਕਿਰਦਾਰ ਅਦਾ ਕੀਤਾ ਹੈ ਔਰ ਉਹਦਾ ਇੱਕ ਵੀਰ ਹੁੰਦਾ ਹੈ ਜਿਹਦਾ ਨਾਮ ਚੰਨ ਹੁੰਦਾ ਹੈ। ਚੰਨ ਦਾ ਜਿਹੜਾ ਕਿਰਦਾਰ ਹੈ ਉਹਦਾ ਘਰ ਨਦੀਮ ਨੇ ਅਦਾ ਕੀਤਾ ਹੈ। ਹਬੀਬ ਜਿਹੜਾ ਹੁੰਦਾ ਹੈ ਔਰ ਨਗਮਾ, ਇਹ ਦੋਨੋਂ ਉਹਨਾਂ ਦੇ ਵਾਲਦੈਨ ਹੁੰਦੇ। ਜਿਹੜਾ ਹਬੀਬ ਹੁੰਦਾ ਹੈ ਉਹ ਸੁਲਤਾਨ ਰਾਈ ਦੇ ਬਚਪਨ ਵਿੱਚ ਇੱਕ ਮਜ਼ਦੂਰ ਲੀਡਰ ਆਉਂਦਾ ਹੈ ਔਰ ਜਿਸ ਤਰ੍ਹਾਂ ਤੁਸੀਂ ਆਮ ਫਿਲਮਾਂ ਦੇਖਿਆ ਹੋਏਗਾ ਕਿ ਆਪਣੇ ਮਤਲਬਾਤ ਮਨਾਉਣ ਵਾਸਤੇ ਉਹ ਨਿਕਲਦਾ ਹੈ, ਲੇਕਿਨ ਉਹਨੂੰ ਨਾ ਸਿਰਫ ਕਤਲ ਕਰ ਦਿੱਤਾ ਜਾਂਦਾ ਹੈ ਬਲਕਿ ਉਹਦੀ ਬੀਵੀ ਦੀ ਇੱਜ਼ਤ ਵੀ ਲੁੱਟਣ ਦੀ ਕੋਸ਼ਿਸ਼ ਕਰਦਾ ਹੈ। ਜਿਹੜਾ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਉਹ ਜਮੀਲ ਬਾਬਰ ਆਉਂਦਾ ਹੈ ਔਰ ਜਾਂਦਾ ਹੈ ਔਰ ਨਗਮਾ ਦੀ ਜਾ ਕੇ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਹੈ। ਜਿਹੜਾ ਬਖਸ਼ੂ ਹੁੰਦਾ ਹੈ ਉਹ ਉਹਨੂੰ ਕਤਲ ਕਰਕੇ ਆਮ ਫਿਲਮਾਂ ਦੀ ਤਰ੍ਹਾਂ ਤੁਸੀਂ ਦੇਖਿਆ ਹੋਗਿਆ ਕਿ ਉਹ ਜੇਲ੍ਹ ਚਲਾ ਜਾਂਦਾ ਹੈ ਔਰ ਜਿਹੜੀ ਨਗਮਾ ਚੰਨ ਨੂੰ ਲੈ ਕੇ ਜਾਂਦੀ ਔਰ ਐਕਸੀਡੈਂਟ ਹੁੰਦਾ ਰਸਤੇ 'ਚ, ਐਕਸੀਡੈਂਟ ਜਿਹੜਾ ਉਹ ਤਾਲਸ਼ ਦੀ ਗੱਡੀ ਦੇ ਨਾਲ ਹੁੰਦਾ ਔਰ ਤਾਲਸ਼ ਉਸੇ ਮਿੱਲ ਦਾ ਮਾਲਕ ਹੁੰਦਾ ਜਿਸ ਮਿੱਲ 'ਚ ਹਬੀਬ ਮੁਲਾਜ਼ਮਤ ਕਰ ਰਿਹਾ ਹੁੰਦਾ। ਜਿਹੜਾ ਜਮੀਲ ਬਾਬਰ ਹੁੰਦਾ ਉਹ ਆਗਾ ਤਾਲਸ਼ ਦਾ ਸਾਲਾ ਹੁੰਦਾ। ਜਿਹੜੇ ਉਹਦੇ ਸੁੱਖਾਂ ਦੇ ਕਾਤਲ ਨੇ, ਜਿਹੜੇ ਉਹਦੀ ਮੁਹੱਬਤ ਦੇ ਕਾਤਲ ਨੇ, ਨਗਮਾ ਤੇ ਚੰਨ ਜਾ ਰਹੇ ਹੁੰਦੇ ਨੇ, ਰੋਡ ਤੇ ਐਕਸੀਡੈਂਟ ਹੁੰਦਾ, ਐਕਸੀਡੈਂਟ ਜਿਹੜਾ ਹੁੰਦਾ ਉਹ ਆਗਾ ਤਾਲਸ਼ ਦੀ ਗੱਡੀ ਦੇ ਨਾਲ ਹੁੰਦਾ। ਇਸ ਵਿੱਚ ਨਗਮਾ ਮਾਰੀ ਜਾਂਦੀ ਹੈ ਪਰ ਉਹ ਸੇਠ ਨੂੰ ਰਿਕੁਐਸਟ ਕਰਦੀ ਹੈ ਕਿ ਇਹ ਜਿਹੜਾ ਪੁੱਤਰ ਹੈ ਮੈਂ ਲੈ ਕੇ ਤੁਸੀਂ ਆਪਣੇ ਨਾਲ ਜਾਣਾ ਔਰ ਇਹਨੂੰ ਅੱਛੀ ਤਾਲੀਮ ਦਿਲਾਉਣੀ ਹੈ। ਆਗਾ ਤਾਲਸ਼ ਉਹਦੇ ਨਾਲ ਵਾਅਦਾ ਕਰਦਾ ਔਰ ਉਹਨੂੰ ਕਾਰ ਆਪਣੇ ਲੈ ਕੇ ਚਲਾ ਜਾਂਦਾ। ਬਹਾਰ ਬੇਗਮ ਨੇ ਇਸ ਫਿਲਮ ਦੇ ਅੰਦਰ ਆਗਾ ਤਾਲਸ਼ ਦੀ ਬੀਵੀ ਦਾ ਕਿਰਦਾਰ ਅਦਾ ਕੀਤਾ ਔਰ ਉਹਦੇ 3 ਸਾਲੇ ਹੁੰਦੇ ਨੇ, ਅਦੀਬ ਅਲਤਾਫ ਖਾਨ ਅਤੇ ਸਾਵਨ। ਸਾਵਨ ਨੇ ਫਿਲਮ ਦੇ ਅੰਦਰ ਗੂੰਗੇ ਦਾ ਕਿਰਦਾਰ ਅਦਾ ਕੀਤਾ ਹੈ। 3 ਦੇ ਸਾਲੇ ਹੁੰਦੇ ਨੇ ਔਰ ਮਕਾਰਾਨਾ ਜ਼ੈਨ ਦੇ ਮਾਲਕ ਹੁੰਦੇ ਨੇ। ਉਹ ਬੜੀ ਸਾਜ਼ਿਸ਼ ਕਰਦੇ ਨੇ ਔਰ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਚੰਨ ਨੂੰ ਇਸ ਕਾਰ ਚੋਂ ਨਸਾ ਦੇਣ, ਲੇਕਿਨ ਉਹ ਇਸ ਮਕਸਦ ਦੀ ਕਾਮਯਾਬ ਨਹੀਂ ਹੁੰਦੇ। ਔਰ ਆਗਾ ਤਾਲਸ਼ ਦੀ ਧੀ ਆਉਂਦੀ ਹੈ ਜਿਹਦਾ ਨਾਮ ਤਾਨੀਆ ਆਉਂਦਾ। ਤਾਨੀਆ ਦਾ ਕਿਰਦਾਰ ਅਦਾਕਾਰ ਬਾਬਰਾ ਸ਼ਰੀਫ ਨੇ ਅਦਾ ਕੀਤਾ। ਜਿਹੜਾ ਆਗਾ ਤਾਲਸ਼ ਸ਼ਿਕਾਰ ਕਢਣ ਜਾਂਦਾ ਔਰ ਇਸ ਦੌਰਾਨ ਜਿਹੜੇ ਉਹਦੇ 3 ਸਾਲੇ ਹੁੰਦੇ ਨੇ ਉਹ ਆ ਕੇ ਉਹਨੂੰ ਕਤਲ ਕਰ ਦਿੰਦੇ ਨੇ ਔਰ ਚੰਨ ਜਿਹੜਾ ਆਉਂਦਾ ਉਹ ਸਾਰਾ ਕੁਛ ਵੇਖ ਰਿਹਾ ਹੁੰਦਾ ਔਰ ਕਤਲ ਕਰਨ ਤੋਂ ਬਾਅਦ ਉਹਦੀ ਲਾਸ਼ ਨੂੰ ਸਾੜ ਦਿੰਦੇ ਨੇ ਔਰ ਵਾਪਸ ਆਉਂਦੇ ਨੇ ਔਰ ਵਾਪਸ ਆ ਕੇ ਚੰਨ ਦੇ ਨਾਲ ਜਿਹੜਾ ਨਾ ਜਾਨਵਰਾਂ ਦੀ ਤਰ੍ਹਾਂ ਸਲੂਕ ਕਰਦੇ ਨੇ, ਉਹ ਨੌਕਰਾਂ ਦੀ ਤਰ੍ਹਾਂ ਰੱਖਦੇ ਨੇ। ਲੇਕਿਨ ਤਾਨੀਆ ਜਿਹੜੀ ਆਉਂਦੀ ਉਹ ਚੰਨ ਦੇ ਨਾਲ ਪਿਆਰ ਕਰਦੀ ਹੈ ਨਦੀਮ ਨਾਲ। ਤਾਨੀਆ ਪੜ੍ਹਨ ਵਾਸਤੇ ਬਾਹਰ ਚਲੀ ਜਾਂਦੀ ਹੈ ਜਿਸ ਤਰ੍ਹਾਂ ਬਹੁਤ ਸਾਰੀਆਂ ਫਿਲਮਾਂ ਤੁਸੀਂ ਵੇਖਿਆ ਹੋਏਗਾ। ਹੈਰ ਚੰਨ ਜਵਾਨ ਹੋ ਜਾਂਦਾ ਔਰ ਇਹਦਾ ਜਿਹੜਾ ਬਖਸ਼ੂ ਹੁੰਦਾ ਬਖਸ਼ੂ ਵੀ ਜੇਲ੍ਹ ਵੀ ਜਵਾਨ ਹੋ ਜਾਂਦਾ ਔਰ ਕਾਫੀ ਸਾਰੇ ਬਦਮਾਸ਼ਾਂ ਨਾਲ ਟੱਕਰ ਲੈਂਦਾ। ਜਦੋਂ ਉਹ ਜਵਾਨ ਹੁੰਦਾ ਉਹਦੀ ਰਿਹਾਈ ਹੁੰਦੀ ਹੈ, ਉਹਨੂੰ ਜੇਲ੍ਹ ਵਿੱਚ ਇੱਕ ਉਸਤਾਦ ਮਿਲਦਾ ਜਿਹੜਾ ਉਹਨੂੰ ਕਹਿੰਦਾ ਕਿ ਬੜਾ ਬਦਮਾਸ਼ ਬਣਨ ਵਾਸਤੇ ਬਦਮਾਸ਼ਾਂ ਨੂੰ ਮਾਰਨਾ ਪੈਂਦਾ। ਹੈਰ ਬਖਸ਼ੂ ਸੁਲਤਾਨੀ ਜੇਲ੍ਹ ਤੋਂ ਰਿਹਾ ਕੇ ਆ ਜਾਂਦਾ। ਅੰਜਮਨ ਨੇ ਸਿੰਘ ਦੇ ਅੰਦਰ ਰਸਮੇ ਮਾਮੂਲ ਸ਼ੱਬੋ ਦਾ ਕਿਰਦਾਰ ਅਦਾ ਕੀਤਾ ਜਿਹੜੀ ਇੱਕ ਵਾਈਫ ਹੁੰਦੀ ਹੈ ਕਿ ਸੁਲਤਾਨੀ ਬਖਸ਼ੂ ਦੇ ਨਾਲ ਪਿਆਰ ਕਰਦੀ ਹੈ। ਖੈਰ ਇਸ ਦੌਰਾਨ ਜਿਹੜੇ ਤਾਨੀਆ ਹੁੰਦੇ, ਤਾਨੀਆ ਜਿਹੜੀ ਹੁੰਦੀ ਉਹ ਵਾਪਸ ਆ ਜਾਂਦੀ ਹੈ ਔਰ ਵਾਪਸ ਆ ਕੇ ਜਦੋਂ ਤਾਨੀਆ ਅਤੇ ਚੰਨ ਆਪਸ ਹੀ ਮਿਲਦੇ ਨੇ, ਰਾਤ ਦਾ ਟਾਈਮ ਹੁੰਦਾ ਅਤੇ ਉਹਦੇ ਜਿਹੜੇ ਮਾਮੇ ਹੁੰਦੇ 3 ਉਹ ਹਵੇਲੀ 'ਚ ਆ ਜਾਂਦੇ ਨੇ। ਉਹਨਾਂ ਦੇ ਅੱਗੂ 3 ਪੁੱਤਰ ਵੀ ਹੁੰਦੇ ਨੇ ਜਿਸਦਾ ਕਿਰਦਾਰ ਅਦਾਕਾਰ ਅਮਾਇਓ ਕੁਰੈਸ਼ੀ, ਅਲਤਾਫ ਖਾਨ ਅਤੇ ਜ਼ਹਿਰ ਸ਼ਾਹ ਨੇ ਅਦਾ ਕੀਤਾ। ਇਹ 3 ਅੱਗੂ ਜਿਹੜਾ ਉਹਨਾਂ ਦੇ ਪੁੱਤਰ ਹੁੰਦੇ ਨੇ ਉਹ ਚੰਨ ਨੂੰ ਮਾਰਦੇ ਨੇ ਔਰ ਕਹਿੰਦੇ ਕਿ ਤੂੰ ਕਿਸ ਵਾਸਤੇ ਆਇਆ ਸੀ। ਚੰਨ ਉਹਨਾਂ ਨੂੰ ਨਹੀਂ ਦੱਸਦਾ ਕਿਉਂਕਿ ਉਹ ਤਾਨੀਆ ਦੀ ਬਦਨਾਮੀ ਨਹੀਂ ਚਾਹੁੰਦਾ। ਇੱਕ ਔਰਤ ਨੂੰ ਕਤਲ ਕਰਨ ਤੋਂ ਬਾਅਦ ਇਹ ਨਦੀਮ ਨੂੰ ਭੇਜਦੇ ਨੇ ਕਿ ਤੂੰ ਲਾਸ਼ ਨੂੰ ਠਿਕਾਣੇ ਲਗਾਉਣਾ ਹੈ। ਲਾਸ਼ ਜਿਹੜੀ ਲੈ ਕੇ ਜਾ ਰਿਹਾ ਹੁੰਦਾ, ਪੁਲਿਸ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ, ਉਹਦੇ ਉੱਤੇ ਕਤਲ ਦਾ ਮੁਕੱਦਮਾ ਬਣ ਜਾਂਦਾ। ਔਰ ਇਸ ਦੌਰਾਨ ਜਿਹੜਾ ਨਾ ਬਖਸ਼ੂ ਹੁੰਦਾ ਉਹ ਵੀ ਜੇਲ੍ਹ ਚਲਾ ਜਾਂਦਾ ਔਰ ਜੇਲ੍ਹ ਵਿੱਚ ਹੀ ਚੰਨ ਅਤੇ ਬਖਸ਼ੂ ਦੀ ਮੁਲਾਕਾਤ ਹੋ ਜਾਂਦੀ ਹੈ। ਉਹ ਫਿਲਮਾਂ ਪੁਰਾਣੀ ਫਿਲਮ ਦੀ ਤਰ੍ਹਾਂ ਦੇਖਦਾ, ਗਾਣਾ ਹੁੰਦਾ
ਜਿਹੜਾ ਬੀਬ ਨੇ ਪਹਿਲੇ ਗਾਇਆ ਹੁੰਦਾ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਔਰ ਉਸਨੂੰ ਪਤਾ ਚੱਲਦਾ ਹੈ ਕਿ ਜਿਹੜਾ ਚੰਨ ਹੈ ਉਹ ਮੇਰਾ ਵੀਰ ਹੈ। ਬਖਸ਼ੀ ਦੀ ਜ਼ਮਾਨਤ ਹੋ ਜਾਂਦੀ ਹੈ, ਬਖਸ਼ਿਸ਼ ਬਾਹਰ ਆਉਂਦਾ ਹੈ ਔਰ ਬਾਹਰ ਆ ਕੇ ਇੱਕ ਤਗੜਾ ਵਕੀਲ ਕਰਦਾ ਜਿਹੜਾ ਉਸਦਾ ਦੋਸਤ ਹੁੰਦਾ ਹੈ, ਉਹ ਵਕੀਲ ਉਸਦਾ ਮੁਕੱਦਮਾ ਲੜਦਾ ਹੈ ਔਰ ਇਸ ਦੌਰਾਨ ਜਿਹੜਾ ਉਹ ਚੰਨ ਨੂੰ ਰਿਹਾ ਕਰਾ ਲੈਂਦਾ ਹੈ ਔਰ ਇਸ ਦੌਰਾਨ ਜਿਹੜਾ ਚੰਨ ਹੁੰਦਾ ਉਹ ਜੇਲ੍ਹ ਵਿੱਚ ਬਹਾਦਰ ਵੀ ਅਚਾਨਕ ਬਣ ਜਾਂਦਾ ਔਰ ਸਾਰਿਆਂ ਗੁੰਡਿਆਂ ਨੂੰ ਮਾਰਦਾ ਹੈ। ਬਖਸ਼ੀ ਅਤੇ ਚੰਨ ਦੋਨੋਂ ਮਿਲ ਕੇ ਉਸੇ ਹਵੇਲੀ 'ਚ ਆਉਂਦੇ ਨੇ ਔਰ ਆ ਕੇ ਉਹਨਾਂ ਦੇ ਨਾਲ ਟਕਰਾਉਂਦੇ ਨੇ। ਤਾਨੀਆ ਦੀ ਸ਼ਾਦੀ ਹੁੰਦੀ ਹੈ ਔਰ ਤਾਨੀਆ ਦੀ ਸ਼ਾਦੀ ਜਿਹੜਾ ਹੁੰਦੀ ਉਹ ਕਿਸੇ ਹੋਰ ਨਾਲ ਕਰਨਾ ਚਾਹੁੰਦੇ ਨੇ, ਲੇਕਿਨ ਤਾਨੀਆ ਚੁੱਕੇ ਚੰਨ ਦੇ ਨਾਲ ਪਿਆਰ ਕਰਦੀ ਹੈ। ਜਿਹੜਾ ਬਖਸ਼ੂ ਅਤੇ ਸ਼ਬੋ ਹੁੰਦੇ ਨੇ ਉਹ ਮਹਿੰਦੀ ਲੈ ਕੇ ਆ ਜਾਂਦੇ ਨੇ। ਇਸ ਦੌਰਾਨ ਜਿਹੜਾ ਚੰਨ ਹੁੰਦਾ ਹੈ, ਚੰਨ ਬਾਰ ਬੇਗੋ ਨੂੰ ਦੱਸਦਾ ਹੈ ਕਿ ਉਹਦੇ ਜਿਹੜੇ ਭਰਾ ਨੇ ਉਹਦੇ ਖਾਮਨ ਦੇ ਕਾਤਲ ਹਨ, ਲੇਕਿਨ ਬਹਾਰ ਬੇਗਮ ਨਹੀਂ ਮੰਨਦੀ। ਲੇਕਿਨ ਜਦੋਂ ਚੰਨ ਉਹਨਾਂ ਨੂੰ ਸਬੂਤ ਪੇਸ਼ ਕਰਦਾ ਉਹ ਮੰਨ ਜਾਂਦੀ ਹੈ ਔਰ ਉਹਨਾਂ ਨੂੰ ਹਵੇਲੀ ਤੋਂ ਕੱਢ ਦਿੰਦੀ ਹੈ। ਉਹਦੇ ਕੋਲ ਮਾਫੀਆਂ ਮੰਗਦੇ ਨੇ, ਉਹਨੂੰ ਮਾਫ਼ ਕਰਕੇ ਹਵੇਲੀ ਤੋਂ ਕੱਢ ਦਿੰਦੀ ਹੈ ਔਰ ਤਾਨੀਆ ਅਤੇ ਚੰਨ ਦੀ ਸ਼ਾਦੀ ਹੋਣ ਦੀ ਹੈ ਔਰ ਸ਼ਾਦੀ ਵਾਲੇ ਦਿਨ ਸਾਰੇ ਮਿਲ ਕੇ ਹਮਲਾ ਕਰਦੇ ਨੇ ਔਰ ਬਖਸ਼ੂ ਅਤੇ ਚੰਨ ਸ਼ਬੋ ਸਾਰਿਆਂ ਨੂੰ ਮਾਰ ਦਿੰਦੇ ਨੇ। ਇਸ ਤਰ੍ਹਾਂ ਇਹ ਫਿਲਮ ਜਿਹੜਾ ਨਾ, ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਦਾ ਜਾਵਾਂ ਇਹ ਫਲਾਪ ਫਿਲਮ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗਦੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।